ਇਟਲ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਆਦਰਾਂ ਅੱਜ ਦੀਆਂ ਕੁਝ ਖਾਸ ਨਿਊਜ਼es ਅੱਜ ਦਾ ਅਪਡੇਟ ਲੈ ਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਜੇਕਰ ਤੁਸੀਂ ਸਬਸਕ੍ਰਾਈਬ ਕੀਤਾ ਹੈ ਤੇ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਦਬਾਨਾ ਨਾ ਭੁੱਲਿਓ ਕਿ ਇਸ ਤਰ੍ਹਾਂ ਨਾਲ ਜਦੋਂ ਵੀ ਕੋਈ ਵੀਡੀਓ ਅਪਲੋਡ ਹੁੰਦੀ ਹੈ ਸਾਡੀ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇਗੀ ਜੇਕਰ ਕਰੋਨਾ ਵਾਇਰਸ ਕੇਸਿਸ ਦੀ ਗੱਲ ਕੀਤੀ ਜਾਵੇ ਤਾਂ ਇਟਲੀ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 23225 ਨਵੇਂ ਕੇਸ ਆਏ ਹਨ ਤੇ 993 ਦੀਆਂ ਡੈਥ ਹੋਈਆਂ ਹਨ ਤੇ ਸਭ ਤੋਂ ਜ਼ਿਆਦਾ ਕੇਸਿਸ ਤੇ ਸਭ ਤੋਂ ਜ਼ਿਆਦਾ ਡੈਥ ਜਿਹੜੀਆਂ ਲੰਬਾਰਡੀਆਂ ਦੇ ਵਿਚਾਰੀਆਂ ਹਨ ਲੰਬਾਰਡੀਆਂ ਦੇ ਵਿੱਚ ਕੱਲ ਜੋ 24 ਘੰਟਿਆਂ ਦੇ ਵਿੱਚ 347 ਡੈਥ ਹੋਈਆਂ ਹਨ ਤੇ ਜਿਹੜਾ ਪੋਜ਼ਿਟਿਵਿਟੀ ਰੇਟ ਹੈਗਾ ਉਹ 10.2% ਹੋ ਗਿਆ ਹੈ ਜਿਹੜਾ ਥੋੜਾ ਜਿਹਾ ਸਲਾਈਟਲੀ ਮੂਵ ਹੋਇਆ ਹੈ ਅੱਗੇ ਨਾਲੋਂ ਵਧਿਆ ਹੈ ਜਿਸ ਦਾ ਮਤਲਬ ਹੈ ਕਿ ਸੌਫਟਵੇਅਰ ਸਵੈਪ ਟੈਸਟਾਂ ਦੇ ਪਿੱਛੇ दस जड़े पॉजिटिव केस आ रहे हैं तो जेकर आप देखिए कि पेशेंट्स चौबीस घंटे केिकवर हुए हैं तो तेई हज़ार चार सौ चौहत्तर केसिज जे की की के रिकवर हुए हैं जे करंट पॉजिटिव केसिज़ है इटली सत्त लख उठ हज़ार नौ सौ बयासी हो चुके हैं तो हूँ तक टोटल डैथ अठवंजा हज़ार एक सौ अठत्ती हैं पिछले चौबी घंटे दो लाख छब्बीस हज़ार सात सौ उन्ती स्वैब टैसट हुए हैं जेर आप रिजन वाइज गल करिए लंबारिया में पिछले चौबी घंटे तीन हज़ार सात सौ उवंजा केस आए हैं पेमौन के दो हज़ार दो सौ तीह कंपानिया दो हज़ार दो सौ पचानवे वेदोच तीन हज़ार पांच सौ इक्यासी अमिलिया रोमानिया एक हज़ार सत सौ छियाहठ लासी एक हज़ार सात सौ उन तस्कानिया नौ सौ उन्ती सचिलिया एक हज़ार दो सौ चौनवे पुलिया हज़ार छे सौ दो चार सौ बई चूलिया सौ बहत्तर मार्के चार सौ छिहत्तर तीन सौ पचानवे ਬਲਜ਼ਾਨੋ ਵਿੱਚ 374 ਉਮਰિયા ਵਿੱਚ 286 ਸਰਦਨੀਆਂ ਵਿੱਚ 538 ਕਲਾਬਰੇ 280 ਤਿੰਨ ਤੋਂ 239 ਵਾਜਲੀ ਖਾਤਾ ਵਿੱਚ 131 ਬਾਲੇ ਦੀ ਵਸਤਾ ਵਿੱਚ ਬਤਾਲੀ ਤੇ ਮਲੀਜ਼ੇ ਦੇ ਵਿੱਚ 53 ਕੇਸ ਆਏ ਹਨ ਤੇ ਅੱਜ ਮਲੀਜ਼ੇ ਦੇ ਵਿੱਚ ਕੋਈ ਡੈਥ ਨਹੀਂ ਹੋਈ ਤੇ ਜਦ ਕਿ ਕੱਲ ਮਲੀਜ਼ੇ ਦੇ ਵਿੱਚ ਸੱਤ ਡੈਥ ਹੋਈਆਂ ਸੀ ਬਾਕੀ ਸਾਰੇ ਜਿੰਨੇ ਵੀ ਰੀਜਨਸ ਹੈਗੇ ਆ ਉਹਨਾਂ ਦੇ ਵਿੱਚ ਡੈਥ ਹੋਈਆਂ ਹਨ ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਨਵੇਂ ਡੀਪੀਸੀਐਮ ਦੇ ਬਾਰੇ ਜੋ ਕਿ ਦਸੰਬਰ ਤਿੰਨ ਤੋਂ ਮਤਲਬ ਕਿ 4 ਤੋਂ ਲਾਗੂ ਹੋ ਰਿਹਾ ਹੈ ਇਸ ਦੇ ਲਈ ਸਰਕਾਰ ਨੇ ਨਵੇਂ ਡੀਪੀਸੀ ਅੰਦਾ ਜਿਹੜਾ ਡਰਾਫਟ ਹੈਗਾ ਆ ਜਿਹੜਾ ਕਿ 4 ਦਸੰਬਰ ਤੋਂ 15 ਜਨਵਰੀ ਤੱਕ ਰਹੇਗਾ ਤੇ ਉਹਦੇ ਲਈ ਜਿਹੜੇ ਸਾਰੇ ਰੀਜਨਸ ਨੂੰ ਉਹਦਾ ਡਰਾਫਟ ਭੇਜ ਦਿੱਤਾ ਹੈ ਤੇ ਇਸ ਦੇ ਲਈ ਉਹ ਨਵੇਂ ਜਿਹੜੇ ਡਰਾਫਟ ਤਿਆਰ ਕੀਤਾ ਹੈ ਉਸ ਦੇ ਸਾਈਨ ਉਹਨੇ ਕੱਲ ਰਾਤ ਕਰ ਦਿੱਤੇ ਹਨ ਤੇ ਇਹਨਾਂ ਦੇ ਵਿੱਚ ਪਹਿਲਾਂ ਤੋਂ ਹੀ ਕੁਝ ਜਿਹੜੇ ਨਿਯਮ ਲਾਗੂ ਹੁੰਦੇ ਕੁਝ ਜਿਹੜੇ ਮਨਾਈਆਂ ਕੀਤੀਆਂ ਗਈਆਂ ਹਨ ਤੇ ਕੁਝ ਰੈਸਟ੍ਰਿਕਸ਼ਨਸ ਲਗਾਏ ਗਏ ਹਨ ਤੇ ਕੁਝ ਨਵੇਂ ਨਿਯਮ ਪੇਸ਼ ਕੀਤੇ ਗਏ ਹਨ ਇਸ ਵਾਰ ਜਿਹੜਾ ਟਰੈਵਲਿੰਗ ਨਿਯਮ ਹੈਗਾ ਆ ਇੱਕ ਜਗ੍ਹਾ ਤੋਂ ਦੂਜੀ ਮੂਵਮੈਂਟ ਦਾ ਨਿਯਮ ਹੈ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ 1 ਦਸੰਬਰ ਤੋਂ ਲੈ ਕੇ 6 ਜਨਵਰੀ ਤੱਕ ਸਾਰੇ ਹੀ ਇਟਲੀ ਵਿੱਚ ਤੁਸੀਂ ਕਿਸੇ ਵੀ ਜਗ੍ਹਾ ਤੇ ਜਾਣ ਦੀ ਮਨਾਹੀ ਹੋਵੇਗੀ 25 ਦਸੰਬਰ 26 ਦਸੰਬਰ ਤੀਕ 1 ਜਨਵਰੀ ਨੂੰ ਤੁਸੀਂ ਆਪਣੇ ਹੀ ਕਮਿਊਨਿਟੀ ਦੇ ਵਿੱਚ ਜਾਣ ਤੋਂ ਮਤਲਬ ਕਿ ਤੁਹਾਨੂੰ ਮਨਾਹੀ ਆਪ ਇੱਕ ਕਮਿਊਨਿਟੀ ਤੋਂ ਦੂਜੇ ਕਮਿਊਨਿਟੀ ਕਮਿਊਨਿਟੀ ਵਿੱਚ ਜਾਣ ਦੀ ਮਨਾਹੀ ਹੋਵੇਗੀ ਹਾਂ ਕੁਝ ਇਸ ਦੇ ਵਿੱਚ ਐਕਸੈਪਸ਼ਨਸ ਹੈਗੀਆਂ ਕਿ ਤੁਸੀਂ ਕਾਰਨ ਜੋੜੇ ਕੰਮਾਂ ਦੇ ਲਈ ਜਾਂ ਘਰ ਜਾਂ ਨਿਵਾਸ ਵਾਪਸ ਜਾਣ ਦੀ ਸੰਭਾਵਨਾ ਦੇ ਵਿੱਚ ਜਾਂ ਦੂਜੇ ਤੇ ਜਾਣ ਦੇ ਵਿੱਚ ਹੀ ਤੁਸੀਂ ਮਤਲਬ ਕਿਸੇ ਜ਼ਰੂਰੀ ਕੰਮ ਦੇ ਲਈ ਬਹੁਤ ਜ਼ਰੂਰੀ ਕੰਮ ਹੈ ਉਸ ਲਈ ਤੁਸੀਂ ਜਾ ਸਕਦੇ ਹੋ ਤੇ ਨਿਊਯਾਰਕ ਦੇ ਤੇ ਜਿਹੜਾ ਕਰਫਿਊ ਲਗਾਇਆ ਉਹ 10 ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਪ੍ਰਭਾਵੀ ਰਹੇਗਾ ਤੇ ਜਿਹੜੀ ਜੋ ਸ਼ਾਪਸ ਹੈਗੀਆਂ ਆ ਉਹ 9 ਵਜੇ ਤੱਕ ਖੁੱਲੀਆਂ ਰਹਿਣਗੀਆਂ 6 ਜਨਵਰੀ ਤੱਕ ਤੇ ਸ਼ਨੀਵਾਰ ਤੇ ਜਿਹੜੇ ਵੀਕਐਂਡਸ ਹੈਗੇ ਆ ਚਾਹ ਵੀਕਐਂਡਸ ਜਾਂ ਹੌਲੀਡੇਜ਼ ਵਾਲੇ ਦਿਨ ਜਿਹੜੇ ਸ਼ਾਪਿੰਗ ਮਾਲਸ ਹੈਗੇ ਆ ਉਹ ਬੰਦ ਰਹਿਣਗੇ ਤੇ ਜਿਹੜੀ 31 ਦਸੰਬਰ ਤੱਕ ਨੂੰ ਜਿਹੜੇ ਹੋਟਲਸ ਤੇ ਰੈਸਟੋਰੈਂਟਸ ਹੈਗੇ ਆ ਉਹ ਬੰਦ ਰਹਿਗੇ ਸਿਰਫ ਰੂਮ ਸਰਵਿਸ ਹੀ ਅਵੇਲੇਬਲ ਹੋਵੇਗੀ ਤੇ ਇਸ ਤੋਂ ਬਾਅਦ ਉਹਨਾਂ ਨੇ ਇਸ ਵਿੱਚ ਦੱਸਿਆ ਹੈ ਕਿ 10 ਦਸੰਬਰ ਤੋਂ ਜਿਹੜੇ ਹੀ ਆ ਜਿਹੜੇ ਹੋਰ ਕਿਸੇ ਦੂਜੀਆਂ EU ਕੰਪਨੀਆਂ ਯੂਰੋਪੀਅਨ ਕੰਟਰੀਆਂ ਤੋਂ ਵਾਪਸ ਆਉਂਦੇ ਹੈ ਉਹਨਾਂ ਲਈ ਜਿਹੜਾ ਆ ਸਵੈਪ ਟੈਸਟ ਹੈਗਾ ਆ ਉਹ ਬਲੀਗਾ ਆਬਲੀਗਾਟਰੀ ਕਰ ਦਿੱਤਾ ਗਿਆ ਹੈ ਤੇ 14 ਦਿਨ ਦਾ ਕਵਾਰੰਟਾਈਨ ਵੀ ਰੱਖਿਆ ਗਿਆ ਹੈ ਤੇ ਜੇਕਰ ਜਿਹੜਾ ਸਵੈਪ ਟੈਸਟ ਨੈਗੇਟਿਵ ਆਉਂਦਾ ਹੈ ਤੇ ਜਨੂੰ ਕਵਾਰੰਟਾਈਨ ਜਿਹੜਾ ਪੀਰੀਅਡ ਹੈਗਾ ਆ ਉਸ ਉਸ ਵਿੱਚ ਤੁਸੀਂ ਮਤਲਬ ਕਿ ਉਹ ਤੁਹਾਡੇ ਲਈ ਨਹੀਂ ਹੋਵੇਗਾ ਕਿ ਤੁਸੀਂ ਕਵਾਰੰਟਾਈਨ ਨਹੀਂ ਮਤਲਬ ਹੋਵੇਗੇ ਤੇ ਇਸ ਤੋਂ ਇਲਾਵਾ ਜਿਹੜੇ ਨਾਨ ਸ਼ੇਨਗਨ ਕੰਟਰੀਸ ਤੋਂ ਆਉਂਦੇ ਹਨ ਉਹਨਾਂ ਦੇ ਲਈ ਵੀ ਕਵਾਰੰਟਾਈਨ ਜਿਹੜਾ ਹੈਗਾ ਆ ਜ਼ਰੂਰੀ ਹੋਵੇਗਾ ਤੇ 21 ਦਸੰਬਰ ਤੋਂ ਬਾਅਦ ਜਿਹੜੇ ਰੂਲਸ ਹੈਗੇ ਆ ਥੋੜੇ ਹੋਰ ਸਟ੍ਰਿਕ ਹੋ ਸਕਦੇ ਹਨ ਇਸ ਤੋਂ ਲਾਵਾਉਣ ਨੇ ਇਹ ਵੀ ਕਹਿ ਹੈ ਕਿ ਅਸਟਰੀਆ ਤੇ ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਸਕੀਟਿੰਗ ਸਕਿੰਗ ਹੈਗੀ ਆ ਉਹ ਪੋਸੀਬਲ ਹੋ ਜਾਵੇਗੀ ਪਰ ਜੇਕਰ ਤੁਸੀਂ ਉੱਥੋਂ ਵਾਪਸ ਆਉਂਦੇ ਹੋ ਤੇ ਤੁਹਾਨੂੰ ਆਪਣੇ ਆਪ ਨੂੰ ਆਈਸੋਲੇਟ ਕਰਨਾ ਪਵੇਗਾ 10 ਦਿਨਾਂ ਦੇ ਲਈ ਤੇ ਜੇਕਰ ਤੁਸੀਂ ਕਵਾਰੰਟਾਈਨ ਤੋਂ ਬਚਣਾ ਚਾਹੁੰਦੇ ਹੋ ਤੇ ਜਿਹੜੀ ਜੁੜੀ ਹੈਗੀ ਤੁਸੀਂ 20 ਦਸੰਬਰ ਤੋਂ ਪਹਿਲਾਂ ਪਹਿਲਾਂ ਇਟਲੀ ਦੇ ਵਿੱਚ ਐਂਟਰ ਕਰ ਜਾਵੋ ਤੇ ਇਸ ਤੋਂ ਬਾਅਦ ਜਿਹੜੇ ਕਰੂਜ਼ ਹੈਗੇ ਆ ਉਹ 20 ਦਸੰਬਰ 21 ਤੋਂ ਲੈ ਕੇ 6 ਜਨਵਰੀ ਤੱਕ ਸਸਪੈਂਡ ਕਰ ਦਿੱਤੇ ਗਏ ਹਨ ਤੇ 7 ਜਨਵਰੀ ਤੋਂ ਜਿਹੜੇ ਸਕੂਲ ਸਟੂਡੈਂਟਸ ਹੈਗੇ ਆ ਉਹ ਸਕੂਲ ਦੇ ਵਿੱਚ ਡਿਸਟੈਂਸ ਜਿਹੜੀ ਕਰਨ 50% ਜਿਹੜੀਆਂ ਦੀ ਡਿਸਟੈਂਸ ਲਰਨਿੰਗ ਹੋਏਗੀ ਤੇ 50% ਜਿਹੜੇ ਸਕੂਲ ਜਾਣਗੇ ਤੇ ਯੂਨੀਵਰਸਿਟੀਆਂ ਦੇ ਵਿੱਚ ਵੀ ਜਿਹੜੀਆਂ ਫੇਸ ਟੂ ਫੇਸ ਜਿਹੜੀ ਹੈਗੀ ਆ ਸਟੱਡੀਜ਼ ਹੋਣਗੀਆਂ ਜਿਹੜੇ ਐਗਜ਼ਾਮਸ ਹੈਗੇ ਉਹ ਵੀ ਹੋਣਗੇ ਤੇ ਜਿਹੜੇ ਲੈਸਨਸ ਹੈਗੇ ਆ ਜਿਹੜੇ ਚੱਲਦੇ ਹਨ ਉਹ ਵੀ ਮਤਲਬ ਕਿ ਸਮਾਲ ਛੋਟੇ ਵਿਦਿਆਰਥੀਆਂ ਦਾ ਚੱਲੇਗਾ ਥੋੜੇ ਜਾਣਕਾਰ ਰਹਿਣਗੇ ਥੋੜਿਆਂ ਦੀ ਕਲਾਸਿਸ ਲਗਿਆ ਕਰਨਗੀਆਂ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਉਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਟਲੀ ਪੁਲਿਸ ਨੇ 600 ਕਰੋਨਾ ਟੈਸਟਿੰਗ ਸੈਂਟਰਾਂ ਨੂੰ ਜੁਰਮਾਨਾ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਮੁਕਤ ਕਰਨ ਲਈ ਇਟਲੀ ਦੀ ਸਰਕਾਰ ਆੜੜੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਜਿਹੜਾ ਵੀ ਕੋਵਿਡ-19 ਦੇ ਨਿਯਮਾਂ ਨੂੰ ਤੋੜਦਾ ਹੈ ਉਹਨਾਂ ਦਾ ਹੀ ਮਤਲਬ ਕਿ ਸਜ਼ਾ ਦਿੱਤੀ ਜਾ ਰਹੀ ਹੈ ਇਸ ਕਾਰਵਾਈ ਦੇ ਅਧੀਨ ਇਟਲੀ ਪੁਲਿਸ ਕਾਰਬਿਨੇਰੀ ਦੀ ਐਸ ਐਨ ਐਸਏ ਜੁਨਿਟ ਨੇ 300 ਦੇ ਕਰੀਬ ਪ੍ਰਾਈਵੇਟ ਕਲੀਨਿਕਾਂ ਤੇ ਜਿਹੜੀਆਂ ਲੈਬਾਰਟਰੀਆਂ ਨੇ ਉਹਨਾਂ ਦੀ ਚੈਕਿੰਗ ਕੀਤੀ ਹੈ ਇਹਨਾਂ ਦੇ ਵਿੱਚੋਂ 67 ਕਰੋਨਾ ਵਾਇਰਸ ਟੈਸਟਿੰਗ ਸੈਂਟਰਾਂ ਨੂੰ ਮਿਲਕੀ ਨਿਯਮ ਜਨਾਂ ਨੇ ਨਹੀਂ ਮੰਨੇ ਹੈ ਵੇ ਨਿਮਾ ਕਰਕੇ 1,45,000 ਯੂਰੋ ਦਾ ਜੁਰਮਾਨਾ ਕੀਤਾ ਹੈ ਤੇ ਅਧਿਕਾਰੀਆਂ ਨੇ ਕਿਹਾ ਹੈ ਕਿ 60% ਮਾਮਲੇ कोरोना वायरस दी रोकथाम पामन बूरा करण ਵਿੱਚ ਇਹ ਸਫਲ ਰਹਨ ਤੇ 15% ਮਾਮਲੇ ਅਜਿਹੇ ਹਨ ਜਿਨ੍ਹਾਂ ਵਿੱਚ করোনা ভাইরাস ਟੈਸਟਿੰਗ ਸੈਂਟਰਾਂ ਕੋਲ ਟੈਸਟ ਕਰਨ ਲਈ ਉਚਿਤ ਅਧਿਕਾਰ ਨਹੀਂ ਸਨ ਤੇ 14% ਅਜਿਹੇ ਮਾਮਲੇ ਹਨ ਹਨ ਕਿ ਉਹ করোনা ਪੋਜ਼ਿਟਿਵ ਲੋਕਾਂ ਨੂੰ ਸਮੇਂ ਸਿਰ ਸਹੀ ਜਾਣਕਾਰੀ ਹੀ ਨਹੀਂ ਦੇ ਸਕੇ ਤੇ ਇਸ ਦੇ ਲਈ ਇਸਟਾਰਟ ਕਰੋਨਾ ਦੇ ਜਿਹੜੇ ਵਾਇਰਸ ਟੈਸਟਿੰਗ ਸੈਂਟਰਾਂ ਹੈਗੇ ਆ ਉਹਨਾਂ ਨੂੰ 145000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਇਸ ਤੋਂ ਬਾਅਦ ਅਗਦੀ ਨਿਊਜ਼ ਜਿਹੜੀ ਹੈਗੀ ਆ ਇਟਲੀ ਦੇ ਵੈਦਰ ਬਾਰੇ ਹਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਕੱਲ ਤੋਂ ਜਿਹੜੇ ਕਿ 4 ਦਸੰਬਰ ਤੋਂ ਕਾਫੀ ਮੀਂਹ ਹਵਾ ਤੇ ਜਿਹੜੀ ਸਨੋ ਦੇ ਬਾਰੇ ਦੱਸਿਆ ਜਾ ਰਿਹਾ ਹੈ ਤੇ ਜਿਹੜਾ ਅਗੀ ਵੈਦਰ ਡਿਪਾਰਟਮੈਂਟ ਹੈ ਉਹਨਾਂ ਨੇ ਦੱਸਿਆ ਹੈ ਦੱਸਿਆ ਜਾ ਰਿਹਾ ਇਸ ਦੇ ਸਕਾਰਕੀ ਉੱਥੇ ਦੇ ਸਿਵਲ ਪ੍ਰੋਟੈਕਸ਼ਨ ਨੇ ਡਿਸਾਈਡ ਕੀਤਾ ਹੈ ਉਹਨਾਂ ਨੇ orange weather alert ਕੀਤਾ ਹੈ ਏਹ ਅਲਰਟ ਲੜ ਕੀਤਾ ਹੈਗਾ orange ਇਹਦੇ ਕਮੋਨੇ ਹੈ ਗਿਆ ਪ੍ਰਵਿੰਚੇ ਬਲਸਾਨੋ ਬਨੇਟੋ ਫਿਰੂਲੀ ਬਨੇਜੀ ਜੂਲਿਆ ਤੇ ਅਮੀਲੀਆ ਰੋਮਾਨੀਆ ਨੂੰ orange weather alert ਕੀਤਾ ਗਿਆ ਹੈ ਤੇ ਹੋ ਜਿਹੜੇ 11 ਆਦਰ ਰੀਜਨਸ ਹੈਗੇ ਆ ਨਾਰਥ ਤੋਂ ਲੈ ਕੇ ਸਾਊਥ ਦੇ ਉਹਨਾਂ ਨੂੰ yellow alert ਕੀਤਾ ਗਿਆ ਹੈ ਤੇ ਜਿਨ੍ਹਾਂ ਦੇ ਵਿੱਚ ਪਿਮੋਂ ਤੇ ਲੰਬਾਰਦੀਆ ਤੇ ਸਾਰੇ ਮਤਲਬ ਕਿ ਹੋਰ ਵੀ ਕਾਫੀ ਜ਼ਿਆਦੇ ਏਰੀਆ ਆਂਦੇ ਹਨ ਦੱਸਿਆ ਜਾ ਰਿਹਾ ਹੈ ਕਿ ਕੱਲ ਜਿਹੜਾ ਹੈਗਾ ਕਾਫੀ ਜ਼ਿਆਦਾ ਤੇਜ਼ਮੀ ਤੂਫਾਨ ਤੇ ਬਰਫ਼ ਦੀ ਸੰਭਾਵਨਾ ਹੈ ਇਸ ਲਈ ਉਹਨਾਂ ਨੇ ਲੋਕਾਂ ਨੂੰ ਅਲਰਟ ਰੈਂਦੀ ਅਪੀਲ ਕੀਤੀ ਹੈ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਨਾਪੋਲੀ ਦੇ ਵਿੱਚ ਦੋ ਪੁਲਿਸਮੈਨ ਤੇ ਇੱਕ ਆਰਮੀਨਿਆਨੀ ਵਾਲੇ ਨੂੰ ਅਰੈਸਟ ਕੀਤਾ ਗਿਆ ਹੈ ਇਹ ਅਰੈਸਟਲ ਹੈ ਕਰੋਸ਼ੀਅਨ ਪੁਲਿਸ ਨੇ ਕੀਤਾ ਹੈ ਦੇ ਬਾਰਡਰ ਕਰੋਸ਼ੀਆ ਤੇ ਕਰੋਸ਼ੀਆ ਤੇ ਸਲਵੇਨੀਆ ਦੀ ਬਾਰਡਰ ਤੇ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਦੱਸਿਆ ਜਾਂਦਾ ਹੈ ਕਿ ਤਿੰਨਾਂ ਨੇ ਕਥਿਤ ਤੌਰ ਤੇ ਪੈਸੇ ਦੇ ਟ੍ਰਾਂਸਫਰ ਕਰਨ ਦੇ ਦੌਰਾਨ ਲਗਭਗ 150000 ਯੂਰੋ ਦੀ ਰਕਮ ਦੀ ਚੋਰੀ ਕੀਤੀ ਸੀ ਤੇ ਇਸ ਤੋਂ ਬਾਅਦ ਅਗਲੀ ਨਿਊਜ਼ 스ਵੇਡਨ ਤੋਂ ਆ ਰਹੀ ਹੈ 스웨덴 ਦੇ ਵਿੱਚ ਵੀ ਕਾਫੀ ਜ਼ਿਆਦਾ ਕੇਸਿਸ ਆ ਰਹੇ ਹਨ ਦੇਸ਼ ਤੇ ਕਰਕੇ 스웨덴 ਦੇ ਵਿੱਚ ਵੀ ਜਿਹੜੇ ਹਾਈ ਸਕੂਲ ਹੈਗੇ ਆ ਉਹ ਬੰਦ ਕਰ ਦਿੱਤੇ ਗਏ ਹਨ ਦੱਸਿਆ ਜਾ ਰਿਹਾ ਹੈ ਕਿ 7 ਦਸੰਬਰ ਤੋਂ ਲੈ ਕੇ 7 ਜਨਵਰੀ ਤੱਕ ਬਦਕੀ ਉੱਥੇ ਜਿਹੜੇ ਸਕੂਲ ਜਿਹੜੇ ਹੈਗੇ ਆ ਉਹ ਬੰਦ ਕਰ ਦਿੱਤੇ ਗਏ ਹਨ ਕਿਉਂਕਿ ਪਿਛਲੇ 3 ਦਿਨਾਂ ਦੇ ਵਿੱਚ ਉੱਥੇ ਕਾਫੀ ਜ਼ਿਆਦਾ ਡੈਥ ਹੋਈਆਂ ਤੇ ਕਾਫੀ ਜ਼ਿਆਦਾ ਕੇਸਿਸ ਆਏ ਹਨ ਤੇ ਪਿਛਲੀ 24 ਘੰਟਿਆਂ ਦੇ ਵਿੱਚ 스웨덴 ਦੇ ਵਿੱਚ 6485 ਨਵੇਂ ਕੇਸ ਆਏ ਹਨ ਤੇ 33 ਡੈਥ ਹੋਈਆਂ ਹਨ ਇਸ ਤੋਂ ਬਾਅਦ ਜਿਹੜੇ ਹੈਲਥ ਮਿਨਿਸਟਰ ਰੋ베ਰਟੋ ਸੋਪਰੈਂਜ਼ਾ ਜੀ ਹੈ ਉਹਨਾਂ ਨੇ ਕਿਹਾ ਹੈ ਕਿ ਕਿਤਨੀ ਜਲਦੀ ਹੀ ਜੈਲੋ ਜ਼ੋਨ ਦੇ ਵਿੱਚ ਕਾਫ ਕਨਵਰਟ ਹੋ ਜਾਵੇਗਾ ਤਾਂ ਜੇ ਉਹਨਾਂ ਜੇਕਰ ਲੰਬਾਰਡੀਆ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਹੈ ਕਿ ਕਿ ਬੁਰੀ ਉਹਨਾਂ ਦੀ ਪੂਰੀ ਸੰਭਾਵਨਾ ਹੈ ਕਿ ਲੰਬਾਰਡੀਆ ਹੈਗਾ ਜਿਹੜਾ ਜੈਲੋ ਜ਼ੋਨ ਦੇ ਵਿੱਚ 11 ਦਸੰਬਰ ਤੱਕ ਜਾ ਸਕਦਾ ਹੈ ਤੇ ਇਸ ਤੁਹਾਡੀ ਪੀਸੀਐਮ ਦੇ ਵਿੱਚ ਇੱਕ ਗੱਲ ਇਹ ਵੀ ਆ ਰਹੀ ਹੈ ਕਿ ਲਾਇਬ੍ਰੇਰੀਸ ਤੇ ਜਿਹੜੇ ਆਰਚਿਵਸ ਹੈਗੇ ਆ ਆ ਉਹ ਰੀਓਪਨ ਹੋ ਜਾਣਗੇ ਤੇ ਜਿਹੜੇ ਮਿਊਜ਼ੀਅਮ ਹੈਗੇ ਆ ਉਹ ਇਸ ਤਰ੍ਹਾਂ ਹੀ ਬੰਦ ਰਹਿਣਗੇ ਤੇ ਜੇਕਰ ਆਪਾਂ ਦੁਸਕਾਨੀਆਂ ਦੀ ਗੱਲ ਕਰੀਏ ਤੇ ਦੁਸਕਾਨੀਆਂ ਦੇ ਜਿਹੜੇ ਗਵਰਨਰ ਹੈ ਉਹਨਾਂ ਨੇ ਕਿਹਾ ਹੈ ਕਿ ਦੁਸਕਾਨੀਆਂ ਜਿਹੜਾ ਮਤਲਬ ਕਿ ਸ਼ਨੀਵਾਰ ਤੱਕ ਰੈੱਡ ਜ਼ੋਨ ਦੇ ਵਿੱਚ ਰਹੇਗਾ ਤੇ ਉਸ ਤੋਂ ਸੰਡੇ ਤੋਂ ਬਾਅਦ ਉਹ ਔਰਾਂ ਜ਼ੋਨ ਦੇ ਵਿੱਚ ਐਂਟਰ ਹੋ ਜਾਵੇਗਾ ਤੇ ਇਟਲੀ ਵਿੱਚ ਮਰਨ ਡਾਕਟਰਾਂ ਦੇ ਮਰਨ ਦੀ ਗਿਣਤੀ ਕਿਹੜੀ ਹੈਗੀ ਆ 225 ਹੋ ਗਈ ਹੈ ਇਸ ਤੋਂ ਜੇਕਰ ਆਪਾਂ ਗੱਲ ਕਰੀਏ ਯੂਐਸਏ ਦੀ ਤਾਂ ਯੂਐਸਏ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 55681 ਕੇਸ ਤੇ 799 ਡੈਥ ਹੋਈਆਂ ਹਨ ਇੰਡੀਆ ਵਿੱਚ 2410 ਤੇ 299 ਡੈਥ ਹੋਈਆਂ ਹਨ ਜਰਮਨੀ ਵਿੱਚ 10304 ਕੇਸ ਤੇ 200 ਡੈਥ ਹੋਈਆਂ ਹਨ ਤੇ ਯੂਕੇ ਦੇ ਵਿੱਚ 14879 ਕੇਸ ਤੇ 414 ਡੈਥ ਹੋਈਆਂ ਹਨ ਬੈਲਜੀਅਮ ਵਿੱਚ 3040 ਕੇਸ ਤੇ 125 ਡੈਥ ਹੋਈਆਂ ਹਨ ਨੀਦਰਲੈਂਡ ਵਿੱਚ 5606 ਕੇਸ ਤੇ 40 ਡੈਥ ਹੋਈਆਂ ਹਨ ਕੈਨੇਡਾ ਦੇ ਵਿੱਚ 3306 ਕੇਸ ਤੇ 46 ਡੈਥ ਹੋਈਆਂ ਹਨ ਪੁਰਤਗਾਲ ਵਿੱਚ 3772 ਤੇ 78 ਡੈਥ ਹੋਈਆਂ ਹਨ ਸਵਿਟਜ਼ਰਲੈਂਡ ਵਿੱਚ 4452 ਕੇਸ ਤੇ 97 ਡੈਥ ਹੋਈਆਂ ਹਨ ਆਰਿਆ ਦੇ ਵਿੱਚ 3969 ਕੇਸ ਤੇ 92 ਡੈਥ ਹੋਈਆਂ ਹਨ ਡੈਨਮਾਰਕ ਦੇ ਵਿੱਚ 1605 ਤੇ 6 ਡੈਥ ਹੋਈਆਂ ਹਨ ਨਾਰਵੇ ਵਿੱਚ 167 ਕੇਸ ਤੇ 2 ਡੈਥ ਹੋਈਆਂ ਤੇ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ 16 ਕੇਸ ਆਏ ਹਨ ਤੁਹਾਡਾ ਅਗਲੀ ਨਿਊਜ਼ ਜਿਹੜੀ ਯੂਕੇ ਤੋਂ ਆ ਰਹੀ ਹੈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਵਿਡ-19 ਦੀ ਰੋਕਥਾਮ ਦੇ ਲਈ ਫਾਈਜ਼ਰ ਬਾਇਓਟੈਕ ਦੇ ਟੀਕੇਾਂ ਦੇ ਬਾਅਦ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਖਤਰਨਾਕ ਵਾਇਰਸ ਦੇ ਵਿਰੁੱਧ ਜਿਹੜੀ ਉਹਨਾਂ ਦੀ ਲੜਾਈ ਹਾਲੇ ਖਤਮ ਨਹੀਂ ਹੋਈ ਹੈ ਬ੍ਰਿਟੇਨ ਫਾਈਜ਼ਰ ਬਾਇਓਟੈਕ ਦੇ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ ਤੇ ਅਗਲੇ ਕੁਝ ਦਿਨਾਂ ਵਿੱਚ ਜ਼ਿਆਦਾ ਜੋਖਮ ਵਾਲੇ ਲੋਕਾਂ ਨੂੰ ਇਸ ਦੀ ਟੀਕਾਕਰਨ ਸ਼ੁਰੂ ਹੋ ਜਾਵੇਗਾ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਠੰਡ ਦੇ ਵਿੱਚ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਤੇ ਇੰਗਲੈਂਡ ਦੇ ਵਿੱਚ ਆਧਾਰਤ ਹਿੱਸੇ ਵਿੱਚ ਹੁਣ ਵੀ ਲੌਕਡਾਊਨ ਲੱਗਾ ਹੈ ਤੇ ਉੱਥੇ ਵਿਸ਼ੇਸ਼ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਤੇ ਨਾਲ ਉਹਨਾਂ ਨੇ ਕਿਹਾ ਹੈ ਕਿ ਹਰ ਇੱਕ ਵਿਅਕਤੀ ਨੂੰ 3 ਹਫ਼ਤੇ ਦੇ ਅੰਦਰ ਦੋ ਡੋਜ਼ੇ ਦਿੱਤੇ ਜਾਣਗੇ ਤੇ ਇਸ ਲਈ ਜਿਹੜਾ ਵੈਕਸੀਨੇਸ਼ਨ ਵਿਤਾਰ ਸਟਾਈਮ ਲੱਗੇਗਾ ਤੇ ਬ੍ਰਿਟੇਨ ਨੂੰ ਫਾਈਜ਼ਰ ਬਾਇੰਟੈਕ ਦੇ ਟੀਕੇ ਦੀਆਂ 8 ਲੱਖ ਖੁਰਾਕਾਂ ਅਗਲੇ ਹਫ਼ਤੇ ਮਿਲ ਜਾਣਗੀਆਂ ਤੇ 4 ਕਰੋੜ ਜਿਹੜੀਆਂ ਡੋਜ਼ੇਸ ਹੈਗੀਆਂ ਉਹ ਅਗਲੇ ਦਿਨਾਂ ਦੇ ਵਿੱਚ ਉਸੇ ਸਪਲਾਈ ਕੀਤੀ ਜਾਵੇਗੀ ਇਸ ਤੋਂ ਬਾਅਦ ਅਗਲੀ ਨਿਊਜ਼ ਕੈਨੇਡਾ ਤੋਂ ਹੈ ਜੋ ਕਿ ਇੱਕ ਬਹੁਤ ਹੀ ਸੈਡ ਨਿਊਜ਼ ਹੈ ਦੱਸਿਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਰਹਿਣ ਵਾਲੇ ਇੱਕ ਫਿਰੋਜ਼ਪੁਰ ਦੇ ਰਹਿਣ ਵਾਲੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਤੇ ਇਸ ਵਿਅਕਤੀ ਦੀ ਨਾਮ ਮਨਪ੍ਰੀਤ ਸਿੰਘ ਸੀ ਤੇ ਇਸ ਦੇ ਪਿਤਾ ਦੀ ਮੌਤ ਤਕਰੀਬਨ 20 ਸਾਲ ਪਹਿਲਾਂ ਹੋ ਚੁੱਕੀ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ ਤੇ 2 ਸਾਲ ਤੋਂ ਉਹ ਆਪਣੀ ਪਤਨੀ ਦੇ ਨਾਲ ਕੈਨੇਡਾ ਵਿਖੇ ਵਰਪਨ ਪਰਮਿਟ ਤੇ ਆਇਆ ਸੀ ਤੇ ਇੱਕ ਟਰੱਕ ਥੱਲੇ ਆਉਂਦੇ ਨਾਲ ਉਸ ਦੀ ਮੌਤ ਹੋ ਗਈ ਹੈ ਇਸਵਾਜੇਕਰ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਫੈਡਰਲ ਸਿਹਤ ਮੰਤਰੀ ਗ੍ਰੇਗ ਹੰਡ ਨੇ ਐਲਾਨ ਕਰ ਦਿੱਤਾ ਹੈ ਕਿ ਆਸਟ੍ਰੇਲੀਆ ਨੂੰ ਜਿਹੜੀ ਵੈਕਸੀਨ ਹੈਗੀ ਆ ਉਹ ਜਲਦੀ ਹੀ ਮਿਲ ਜਾਵੇਗੀ ਤੇ ਉਹਨਾਂ ਨੇ ਕਿਹਾ ਕਿ ਮਾਰਚ 2021 ਤੋਂ ਇਹ ਆਸਟ੍ਰੇਲੀਆ ਲੋਕਾਂ ਦੇ ਲਈ ਉਪਲਬਧ ਹੋ ਜਾਵੇਗੀ। ਉਹਨਾਂ ਨੇ ਦੱਸਿਆ ਕਿ ਕੁਝ ਫਾਰਮੈਲਿਟੀਜ਼ ਪੂਰੀਆਂ ਕਰਨ ਤੋਂ ਬਾਅਦ ਉਹ ਵੈਕਸੀਨ ਵੰਡਣਾ ਸ਼ੁਰੂ ਕਰ ਦੇਣਗੇ ਤੇ ਆਉਣ ਵਾਲੇ ਜਰਮਨੀ ਮਹੀਨੇ ਦੇ ਆਖਰੀ ਦਿਨਾਂ ਤੱਕ ਇਸ ਦੀ ਪਹਿਲੀ ਜਿਹੜੀ ਡੋਜ਼ ਹੈਗੀ ਆ ਆਸਟ੍ਰੇਲੀਆ ਪਹੁੰਚਣ ਦੀ ਉਮੀਦ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪਹਿਲੇ ਦੌਰ ਦੇ ਵਿੱਚ ਜਿਹੜੀ ਵੈਕਸੀਨ ਹੈਗੀ ਖੇਤਰਾ ਦੇ ਵਿੱਚ ਸੇ ਅਧਿਕਾਰੀਆਂ ਤੇ ਬਜ਼ੁਰਗਾਂ ਨੂੰ ਦਿੱਤੀ ਜਾਵੇਗੀ ਇਸ ਤੋਂ ਬਾਅਦ ਅਗਲੀ ਨਿਊਜ਼ ਜਿਹੜੀ ਹੈ ਗਿਆ ਅਮਰੀਕਾ ਤੇ ਵਾਸ਼ਿੰਗਟਨ ਤੋਂ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕ੍ਰਿਸਮਸ ਤੋਂ ਠੀਕ ਪਹਿਲਾਂ ਆਸਮਾਨ ਦੇ ਵਿੱਚ ਇੱਕ ਅਦਭੁਤ ਮਤਲਬ ਕਿ ਘਟਨਾ ਦੇਖੀ ਜਾਵੇਗੀ ਇਸ ਵਾਰ ਕ੍ਰਿਸਮਸ ਦੇ ਮਹੀਨੇ ਵਿੱਚ ਕੁਝ ਰਿਆ ਹੋਣ ਜਾ ਰਿਹਾ ਜੋ ਕਿ ਲਗਭਗ 80 ਸਾਲਾਂ ਵਿੱਚ ਨਹੀਂ ਹੋਇਆ 800 ਸਾਲਾਂ ਵਿੱਚ ਨਹੀਂ ਹੋਇਆ ਕ੍ਰਿਸਮਸ ਤੋਂ ਠੀਕ ਪਹਿਲਾਂ 21 ਦਸੰਬਰ ਨੂੰ ਆਸਮਾਨ ਦੇ ਵਿੱਚ ਕ੍ਰਿਸਮਸ ਦਾ ਤਾਰਾ ਦਿਖਾਈ ਦੇਵੇਗਾ ਇਸ ਦਿਨ ਆਸਮਾਨ ਵਿੱਚ ਜੂਪੀਟਰ ਅਤੇ ਸ਼ਨੀ ਗ੍ਰਹਿ ਇੱਕ ਸਿੱਧੀ ਰੇਖਾ ਵਿੱਚ ਆ ਜਾਣਗੀ ਤੇ ਇਸ ਨੂੰ ਕ੍ਰਿਸਮਸ ਸਟਾਰ ਜਾਂ ਬੇਥਲਮ ਦਾ ਤਾਰਾ ਵੀ ਕਿਹਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਹੀ 4 ਮਾਰਚ 1226 ਨੂੰ ਇਹੋ ਜਿਹੀ ਘਟਨਾ ਦੇਖਣ ਨੂੰ ਮਿਲੀ ਸੀ ਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ 21 ਦਸੰਬਰ ਨੂੰ ਸੂਰਜ ਡੁੱਬਣ ਤੋਂ ਬਾਅਦ 45 ਮਿੰਟ ਬਾਅਦ ਆਸਮਾਨ ਦੇ ਦੱਖਣੀ ਪੱਛਮੀ ਹਿੱਸੇ ਦੇ ਵਿੱਚ ਜੇਕਰ ਨੰਗੀਆਂ ਅੱਖਾਂ ਜਾਂ ਟੈਲੀਸਕੋਪ ਦੀ ਮਦਦ ਨਾਲ ਦੇਖਦੇ ਹਾਂ ਤਾਂ ਉਹਨਾਂ ਨੂੰ ਕ੍ਰਿਸਮਸ ਦਾ ਤਾਰਾ ਨਜ਼ਰ ਆਵੇਗਾ ਭਾਵੇਂ ਕਿ ਕਿਹਾ ਜਾ ਰਿਹਾ ਹੈ ਕਿ ਇਹ ਅਦਭੁਤ ਨਜ਼ਾਰਾ ਪੂਰੇ ਹਫ਼ਤੇ ਨਜ਼ਰ ਆਵੇਗਾ ਤੇ ਹੁਣ ਅਗਲੀ ਦੱਸਿਆ ਜਾ ਰਿਹਾ ਹੈ ਕਿ ਇਹਲਾ ਨਜ਼ਾਰਾ ਹੈਗਾ ਯਾ ਦੁਆਰਾ ਪੀਸੂ ਅੱਸੀ ਵਿੱਚ ਦੇਖਣ ਨੂੰ ਮਿਲੇਗਾ ਇਸੇ ਅੱਜ ਦੇ ਕੁਝ ਖਾਸ ਨਿਊਜ਼ ਇਸੇ ਨਾਲ ਹੀ ਨਿਊਜ਼ ਖਤਮ ਕਰਦੇ ਹਾਂ ਮਿਲਦੇ ਅਗਲੀ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ